ਇਹ ਟੀਚਰ ਦੀ ਉਮਰ ਹੈਗੀ 26 ਸਾਲ ਤੇ ਇਹਦਾ ਸਟੂਡੈਂਟ ਸੀਗਾ 16 ਸਾਲਾਂ ਦਾ ਤੇ 16 ਸਾਲ ਦੇ ਨਾਲ ਗਲਤ ਵਿਹਾਰ ਕਰਦੀ ਸੀ ਮਤਲਬ ਉਹਦੇ ਨਾਲ ਜ਼ਬਰਦਸਤ ਕਰਦੀ ਸੀਗੀ ਜਾਂ ਕਹਿੰਦੇ ਆ ਜ਼ਬਰਦਸਤੀ ਕਰਦੀ ਸੀਗੀ ਮੁੰਡਾ ਸੀਗਾ ਤੇ ਮੁੰਡੇ ਨੇ ਘਰ ਦੇ ਨਾਲ ਦੱਸਿਆ ਤੇ ਪਾਪਾ ਕਹਿੰਦੇ ਕੋਈ ਗੱਲ ਨਹੀਂ ਜੀ ਕੁਝ ਨਹੀਂ ਹੁੰਦਾ ਕਰੀ ਚੱਲ ਤੇ ਇਹ ਲੇਡੀ ਜਾਂ ਕੁੜੀ ਆਪਾਂ ਕਹਿ ਸਕਦੇ ਆਂ ਜੀ ਸਕੂਲ ਦੀ ਟੀਚਰ ਹੋ ਕੇ ਤੇ ਜਵਾਕ ਨਾਲ ਪੰਗੇ ਲੈਂਦੀ ਸੀਗੀ ਬਿਲਕੁਲ WhatsApp ਇਹ ਜਿਹੜੀ ਲੇਡੀ ਹੈਗੀ ਹੈ ਜੀ ਉਹਦੀ ਉਮਰ 26 ਸਾਲ ਹੈ ਤੇ ਇਹ ਆਪਣੇ ਇੱਕ 16 ਸਾਲਾਂ ਦੇ ਵਿਦਿਆਰਥੀ ਦੇ ਨਾਲ ਇਹਨੇ ਇਦਾਂ ਦੇ ਰਿਲੇਸ਼ਨ ਬਣਾਏ 10 ਸਾਲ ਦਾ ਇਹਦਾ ਏਜ ਗੈਪ ਸੀਗਾ ਤੇ ਦੂਸਰੀ ਗੱਲ ਜਿਹੜੀ ਹੈਗੀ ਆ ਕਿ ਇੱਕ ਟੀਚਰ ਦਾ ਤੇ ਇੱਕ ਸਟੂਡੈਂਟ ਦਾ ਜਿਹੜਾ ਰਿਲੇਸ਼ਨ ਆ ਉਹਨੂੰ ਇਹਨੇ ਦਾਗਦਾਰ ਕੀਤਾ ਹੈਗਾ ਇਹ ਪਤਾ ਲੱਗਿਆ ਕਿ ਜਦੋਂ ਇਹ ਜਿਹੜੀ ਟੀਚਰ ਸੀਗੀ ਆਪਣੇ ਸਟੂਡੈਂਟ ਦੇ ਨਾਲ ਇਦਾਂ ਰਿਲੇਸ਼ਨ ਬਣਾਉਂਦੀ ਸੀ ਤਾਂ ਬਾਕੀ ਦੇ ਜਿਹੜੇ ਦੇ ਸਟੂਡੈਂਟਸ ਹੁੰਦੇ ਸੀ ਉਹਨਾਂ ਤੋਂ ਇਹ ਪਹਿਰੇਦਾਰੀ ਕਰਵਾਉਂਦੀ ਸੀਗੀ ਇਹਨੇ ਇਹ ਜਿਹੜਾ ਕੁਝ ਰਿਲੇਸ਼ਨਸ ਆ ਇਹ ਕਈ ਵਾਰੀ ਪਬਲੀਕਲੀ ਸੜਕ ਦੇ ਉੱਤੇ ਵੀ ਬਣਾਏ ਤੇ ਸੜਕ ਦੇ ਉੱਤੇ ਵੀ ਬਾਕੀ ਸਟੂਡੈਂਟਸ ਨੂੰ ਕਹਿੰਦੀ ਸੀ ਕਿ ਤੁਸੀਂ ਪਹਿਰੇਦਾਰੀ ਕਰੋ ਕੋਈ ਆ ਨਾ ਜਾਵੇ ਕੋਈ ਦੇਖ ਨਾ ਲਵੇ ਤੁਸੀਂ ਧਿਆਨ ਰੱਖੋ ਇਸ ਟੀਚਰ ਦਾ ਨਾਮ ਹੈਲੀ ਕਲਿਫਟਨ ਕਾਰਮਿਕ ਦੱਸਿਆ ਜਾ ਰਿਹਾ ਜੀ ਇਹ ਇਹਦੇ ਤੇ ਬਹੁਤ ਸੀਰੀਅਸ ਦੋਸ਼ ਲੱਗੇ ਹੋਏ ਨੇ ਬੱਚੇ ਦੇ ਨਾਲ ਰੇਪ ਕਰਨ ਦੇ ਬੱਚੇ ਨਾਲ ਸ਼ੀਟ ਸ਼ਾਰਟ ਕਰਨ ਦੇ ਬੱਚਿਆਂ ਦੇ ਭੁੱਖ ਨੂੰ ਖਤਰੇ ਦੇ ਵਿੱਚ ਪਾਉਣ ਦੇ ਇਹ ਘਟਨਾ ਅਮਰੀਕਾ ਦੇ ਮਜ਼ੂਰੀ ਦੇ ਵਿੱਚ ਵਾਪਰੀ ਹੈ ਜੀ ਇਹ ਹੁਣ 26 ਸਾਲਾਂ ਦੀ ਇੱਕ ਕਹ ਲਈਏ ਕਿ ਸਾਬਕਾ ਹਾਈ ਸਕੂਲ ਦੀ ਮੈਥੇਮੈਟਿਕਸ ਦੀ ਟੀਚਰ ਹੈਗੀ ਹੈ ਇਹਨੂੰ ਬਹੁਤ ਗੰਭੀਰ ਦੋਸ਼ਾਂ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ ਜੇਕਰ ਗੱਲ ਨਵੀਆਂ ਰਿਪੋਰਟਸ ਦੀ ਕਰੀਏ ਤਾਂ ਉਹਦੇ ਮੁਤਾਬਕ ਜਨਵਰੀ ਦੇ ਵਿੱਚ ਇਹਨੂੰ ਪਹਿਲੀ ਵਾਰੀ ਅਰੈਸਟ ਕਰ ਲਿਆ ਗਿਆ ਸੀਗਾ ਉਦੋਂ ਇਹਦੇ ਤੇ ਦੋਸ਼ ਲੱਗੇ ਸੀਗੇ ਸੜਕ ਦੇ ਉੱਤੇ ਪਬਲਿਕਲੀ ਰਿਲੇਸ਼ਨ ਬਣਾਉਂਦੇ ਤੇ ਬਾਕੀ ਸਟੂਡੈਂਟਸ ਨੂੰ ਲੋਕਆਊਟ ਵਜੋਂ ਉਹਨਾਂ ਨੂੰ ਪਾਬੰਦ ਕਰਨ ਦੇ ਕਿ ਤੁਸੀਂ ਭਾਈ ਲੋਕਆਊਟ ਕਰੋ ਜੇ ਰੀਸੈਂਟ ਹੁਣ ਸਮੇਂ ਦੀ ਗੱਲ ਕਰੀਏ ਤਾਂ ਬਰਾੜਸਾਬੇ ਨੂੰ ਘਰ ਦੇ ਵਿੱਚ ਹਾਊਸ ਅਰੈਸਟ ਕੀਤਾ ਹੋਇਆ ਇਸ ਮਾਮਲੇ ਦੇ ਉੱਤੇ ਅਗਲੀ ਜਿਹੜੀ ਹੀਅਰਿੰਗ ਆ ਕੋਰਟ ਵੱਲੋਂ Uh, 11th ਆਫ ਅਕਤੂਬਰ ਨੂੰ ਹੋਣੀ ਹੈ ਜਿਹੜੇ ਐਕਸਪਰਟ ਹੈਗੇ ਆ ਇਹੋ ਜਿਹੇ ਕ੍ਰਿਮੀਨਲ ਕੇਸਸ ਦੇ ਉਹਨਾਂ ਵੱਲੋਂ ਮੰਨਿਆ ਜਾ ਰਿਹਾ ਕਿ ਇਹਨੂੰ ਤਕਰੀਬਨ 4 ਸਾਲ ਤੱਕ ਦੀ ਜਿਹੜੀ ਹੈਗੀ ਆ ਉਹ ਜੇਲ੍ਹ ਹੋ ਸਕਦੀ ਹੈ ਇਹ ਜਿਹੜਾ ਮਾਮਲਾ ਇਹ ਬ੍ਰਾਟਸਪ ਇਸ ਤਰ੍ਹਾਂ ਹਾਈਲਾਈਟ ਹੋਇਆ ਕਿ ਸਭ ਤੋਂ ਪਹਿਲਾਂ ਤਾਂ ਇਹ ਜਿਹੜੀ ਟੀਚਰ ਆ ਉਹਦਾ ਅਗਸਤ ਦੇ ਵਿੱਚ ਆਪਣੇ ਪਤੀ ਨਾਲ ਕਿਸੇ ਵਜ੍ਹਾ ਤੋਂ ਤਕਰਾਰ ਹੋ ਗਈ ਉਹਦੀ ਉਹਨਾਂ ਦਾ ਇੱਕ ਬੇਬੀ ਵੀ ਸੀ ਆਲਰੇਡੀ ਅਗਲੇ ਮਹੀਨੇ ਸਤੰਬਰ ਦੇ ਵਿੱਚ 2023 ਦੇ ਵਿੱਚ ਇਹਦਾ ਤਲਾਕ ਹੋ ਗਿਆ ਜੀ ਤਲਾਕ ਤੋਂ ਬਾਅਦ ਇਹਨੇ ਜਿਹੜੇ ਇਹ ਬੱਚੇ ਦੇ ਕੋਲੇ ਪੜਦੇ ਸੀ ਉਹਨਾਂ ਦੇ ਵਿੱਚੋਂ ਪਿਕ ਐਂਡ ਚੂਸ ਕੀਤੇ ਤੇ ਫਿਰ ਉਹਨਾਂ ਦੇ ਨਾਲ ਰਿਲੇਸ਼ਨ ਬਣਾਉਣੇ ਸ਼ੁਰੂ ਕੀਤੇ ਦਸੰਬਰ ਤੱਕ ਇਹਨੇ ਇਹ ਮਾਮਲਾ ਜਾਰੀ ਰੱਖਿਆ ਇਸ ਮੁੰਡੇ ਦੇ ਨਾਲ ਤੇ ਇਸ ਮੁੰਡੇ ਨੇ ਕਈ ਵਾਰੀ ਆਪਣੇ ਫਾਦਰ ਨੂੰ ਰਿਕੁਐਸਟ ਕੀਤੀ ਉਹਦੇ ਕੋਲੇ ਜਾ ਕੇ ਕੰਪਲੇਂਟ ਕੀਤੀ ਕਿ ਮੇਰੀ ਟੀਚਰ ਮੇਰੇ ਨਾਲ ਚੰਗਾ ਵਿਹਾਰ ਨਹੀਂ ਕਰ ਰਹੀ ਮੇਰਾ ਯੂਜ਼ ਕੀਤਾ ਜਾ ਰਿਹਾ ਹੈ ਤੇ ਤੁਸੀਂ ਮੇਰਾ ਖਹਿੜਾ ਛਡਾਓ ਇਹਦੀ ਆਪਾਂ ਕੰਪਲੇਂਟ ਕਰੀਏ ਇਹਦੇ ਫਾਦਰ ਨੇ ਵੀ ਕਿਹਾ ਕਿ ਕੋਈ ਗੱਲ ਨਹੀਂ ਹੈ ਤਾਂ ਨਾਰਮਲ ਆ ਅੱਗੇ ਵੀ ਤੇਰੇ ਨਾਲ ਇਹੀ ਕੁਝ ਹੋਣਾ ਕੋਈ ਬੁਰੀ ਗੱਲ ਨਹੀਂ ਹੁੰਦੀ ਚੰਗੀ ਹੁੰਦੀ ਆ ਉਹਨੇ ਇਸ ਲੇਡੀ ਦੇ ਇਸ ਜਿਹੜੀ ਟੀਚਰ ਸੀ ਇਹਦੇ ਗੁਨਾਹ ਦੇ ਉੱਤੇ ਪਰਦਾ ਪਾਉਣ ਦੀ ਵੀ ਕੋਸ਼ਿਸ਼ ਕੀਤੀ ਇਹ ਵੀ ਪਤਾ ਲੱਗਿਆ ਕਿ ਇਹ ਜਿਹੜੀ ਟੀਚਰ ਹੈ ਜਦੋਂ ਨੂੰ ਪਤਾ ਲੱਗਿਆ ਕਿ ਇਹਦਾ ਫਾਦਰ ਆ ਜਿਹੜਾ ਸਾਡੇ ਰਿਲੇਸ਼ਨ ਤੋਂ ਕੋਈ ਉਹਨੂੰ ਦਿੱਕਤ ਪਰੇਸ਼ਾਨੀ ਨਹੀਂ ਤਾਂ ਉਹਨੇ ਇਹਦੇ ਫਾਦਰ ਤੋਂ ਪਰਮਿਸ਼ਨ ਲੈ ਕੇ ਇਹਨਾਂ ਦੇ ਘਰ ਵਿੱਚ ਆ ਕੇ ਵੀ ਇਹਦੇ ਨਾਲ ਰਿਲੇਸ਼ਨ ਬਣਾਏ ਜਦੋਂ ਇਸ ਬੱਚੇ ਨੂੰ ਲੱਗਿਆ ਕਿ ਹੁਣ ਇੰਤਹਾ ਹੋ ਗਈ ਆ ਬਹੁਤ ਇਨਫ ਇਸ ਇਨਫ ਤਾਂ ਫੇਰ ਬਰਾਟ ਸਾਬ ਉਹਨੇ ਮਜ਼ਦੂਰੀ ਛੱਡ ਕੇ ਟੈਕਸਸ ਆਪਣੇ ਬਾਕੀ ਫੈਮਿਲੀ ਕੋਲੇ ਚਲੇ ਗਿਆ ਇਹਦੇ ਜਦੋਂ ਬਾਕੀ ਟੱਬਰ ਨੇ ਦੇਖਿਆ ਕਿ ਬੱਚੇ ਦੀ ਪਿੱਠ ਦੇ ਉੱਤੇ ਬਹੁਤ ਬੁਰੇ ਦਾਗ ਲੱਗੇ ਹੋਏ ਨੇ ਨਿਸ਼ਾਨ ਮਾਰੇ ਹੋਏ ਨੇ ਛਰੀਟਾਂ ਪਈਆਂ ਹੋਈਆਂ ਨੇ ਫੇਰ ਇਹਨਾਂ ਨੇ ਕੰਪਲੇਂਟ ਕੀਤੀ ਤੇ ਹੁਣ ਜਿਹੜੀ ਇਹ ਹੈਗੀ ਆ ਜੀ ਇਸ ਲੇਡੀ ਨੂੰ ਤਾਂ ਜੇਲ ਹੋਣੀ ਹੋਣੀ ਆ ਇਹਦੇ ਫਾਦਰ ਨੂੰ ਵੀ ਨਾਲ ਦੋਸ਼ੀ ਠਹਿਰਾਇਆ ਜਾ ਰਿਹਾ ਹੈ ਦੇਖੋ ਜੀ ਉਮਰ ਇਹਦੀ 26 ਸਾਲ ਆ ਤੇ ਵੈਸੇ ਵੀ ਜਵਾਨ ਪਈ ਐ ਏਡੀ ਕੋਈ ਬੁੱਢੀ ਤਾਂ ਹੋਈ ਨਹੀਂ ਸੀਗੀ ਤੇ ਜੇ ਦਾ ਹਸਬੰਦ ਛੱਡ ਗਿਆ ਸੀਗੇ ਤੇ ਬੁਆਏਫਰੈਂਡ ਤਾਂ ਬਣਾ ਸਕਦੀ ਸੀ ਜੇ ਇੰਨੀ ਇਹਨੂੰ ਕੋਈ ਸੀਗਾ ਤਾਂ ਜਵਾਕਾਂ ਨਾਲ ਫਿਰ ਕਿਉਂ ਪੰਗੇ ਲੈਦੀ ਹੋ ਸਕਦੀ ਐ ਕੀ ਲੱਗਦਾ ਵੀ ਇਹ ਦਿਮਾਗੀ ਨੂੰ ਮੁਗੀ ਤੌਰ ਤੇ ਥੋੜਾ ਜਿਹਾ ਕੰਮ ਹੋ ਜਾਂਦਾ ਇਬ੍ਰੈਡਸਪ ओरिएंटेशन ਨਾਮ ਦਾ ਤੁਸੀਂ ਵਰਡ ਸੁਣਿਆ ਹੋਣਾ ਬਹੁਤ ਸਾਰੇ ਲੋਕਾਂ ਨੂੰ ਨਾ ਕੁਝ ਖਾਸ ਲੋਕਾਂ ਦੇ ਵਿੱਚ ਰੁਚੀ ਹੋ ਜਾਂਦੀ ਹੈ ਕਈਆਂ ਨੂੰ ਆਪਣੇ ਕਰੀਬੀ ਜਿਹੜੇ ਹੁੰਦੇ ਨੇ ਜਿਨ੍ਹਾਂ ਦੇ ਕੋਲੇ ਰਹਿੰਦੇ ਨੇ ਕਈਆਂ ਨੂੰ ਦੋਸਤਾਂ ਪ੍ਰਤੀ ਹੁੰਦੀ ਹੈ ਕਿਉਂਕਿ ਅੱਜ ਕੱਲ ਤਾਂ ਆਪਾਂ ਅਕਸਰ ਗੱਲ ਕਰਦੇ ਹੁੰਦੇ ਹੁਣ ਕਿ ਦਿਮਾਗ ਦੇ ਨਾਲ ਸਬੰਧਤ ਕਈ ਤਰੀਕੇ ਦੀਆਂ ਚੀਜ਼ਾਂ ਆ ਚੁੱਕੀਆਂ ਨੇ ਇਸ ਸਿਸਟਮ ਦੇ ਵਿੱਚ ਇਸ ਜਿਸ ਵਿਸ਼ੇ ਤੇ ਆਪਾਂ ਗੱਲ ਕਰ ਰਹੇ ਹਾਂ ਸੋ ਇਹਨੂੰ ਹੋ ਸਕਦਾ ਕਿ ਇਹਦੀ ਆਰੀਐਂਟੇਸ਼ਨ ਉਸ ਤਰੀਕੇ ਦੀ ਹੋਵੇ ਇਹਨੂੰ ਆਪਣੇ ਜਿਹੜੇ ਸਟੂਡੈਂਟਸ ਸੀ ਉਹਨਾਂ ਪ੍ਰਤੀ ਅਟਰੈਕਸ਼ਨ ਹੋਵੇ ਪਰ ਇਹਨੂੰ ਘੱਟੋ ਘੱਟ ਇਨਕ ਅੰਦਾਜ਼ਾ ਹੋਣਾ ਚਾਹੀਦਾ ਸੀ ਕਿ ਇੱਕ ਤਾਂ ਜੋ ਕੁਝ ਹੋ ਰਿਹਾ ਉਹ ਕੰਸੈਂਸ਼ੁਅਲ ਹੋਵੇ ਦੋਵਾਂ ਦਾ ਦੋਵਾਂ ਤਰ੍ਹਾਂ ਦਾ ਕੰਸੈਂਟ ਹੋਣਾ ਜ਼ਰੂਰੀ ਹੈ ਤੇ ਦੂਸਰੀ ਗੱਲ ਜੇ ਕੰਸੈਂਟ ਵੀ ਹੈਗਾ ਤਾਂ ਉੱਥੇ ਵੀ ਏਜ ਜਿਹੜੀ ਆ ਘੱਟੋ ਘੱਟ 18 ਸਾਲ ਹੋਣੀ ਜ਼ਰੂਰ ਬੰਦੀ ਸੀਗੀ ਹੁਣ ਚਾਹੇ ਮੁੰਡੇ ਦੀ ਇਹਦੇ ਵਿੱਚ ਗਲਤੀ ਹੋਵੇ ਚਾਹੇ ਨਾ ਹੋਵੇ ਪਰ ਮੁੰਡਾ ਇਹਦੇ ਵਿੱਚੋਂ ਫਾਰਗ ਹੈ ਕਿਉਂਕਿ ਉਹਦੀ ਉਮਰ 16 ਸਾਲ ਸੀਗੀ ਤੇ ਪੂਰੀ ਦੀ ਪੂਰੀ ਗਲਤੀ ਐਸੇ ਟੀਚਰ ਦੀ ਨਿਕਲਣੀ ਹੈ